ਪਿੰਡ ਦੇ ਵਿੱਚੋਂ ਵਿੱਚ ਇੱਕ ਘਰ ਦੇ ਅੰਦਰ ਦੁਖੀ ਹਾਲਤ 'ਚ ਬੈਠੀਆਂ ਜਨਾਨੀਆਂ, ਘਰ ਦੇ ਬਾਹਰ ਗਲੀ 'ਚ ਇਕੱਠੇ ਹੋਏ ਲੋਕ ਤੇ ਤਫਤੀਸ਼ ਕਰਨ ਪਹੁੰਚੇ ਪੁਲਿਸ ਮੁਲਾਜ਼ਮ। ਇਸ ਪਿੰਡ ਦੇ ਅੰਦਰ ਗੰਦੀ ਸਿਆਸਤ ਨੇ ਜੋ ਆਪਣਾ ਭਿਆਨਕ ਰੂਪ ਦਿਖਾਇਆ, ਉਸ ਨੂੰ ਦੇਖ ਕੇ ਸਾਰੇ ਪਿੰਡ 'ਚ ਹਾਹਾਕਾਰ ਦੇ ਨਾਲ ਸਹਿਮ ਅਤੇ ਰੋਸ ਦਾ ਮਾਹੌਲ ਬਣ ਗਿਆ। ਮਾਮਲਾ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਾੜ ਬਣਜਾਰਾ ਦਾ, ਜਿੱਥੇ ਇਹ ਘਰ ਸੱਤਾਧਾਰੀ ਪਾਰਟੀ ਦੇ ਮੌਜੂਦਾ ਸਰਪੰਚ ਕਸ਼ਮੀਰ ਸਿੰਘ ਦਾ ਹੈ। ਇਹ ਤਸਵੀਰਾਂ ਇਸ ਸਰਪੰਚ ਦੇ ਦੋਵੇਂ ਪੁੱਤਰਾਂ ਦੀਆਂ ਨੇ, ਜੋ ਗੰਭੀਰ ਹਾਲਤ 'ਚ ਹਸਪਤਾਲ 'ਚ ਜ਼ੇਰੇ ਇਲਾਜ ਨੇ। ਹੁਣ ਤੁਸੀਂ ਇਸ ਤਸਵੀਰ 'ਤੇ ਨਜ਼ਰ ਮਾਰੋ। ਇਹ ਤਸਵੀਰ ਇਸੇ ਪਿੰਡ ਦੇ ਸਾਬਕਾ ਸਰਪੰਚ ਕਰਮਜੀਤ ਕਰਮਾ ਦੀ ਹੈ। ਅਸਲ 'ਚ ਕੁਝ ਦਿਨ ਪਹਿਲਾਂ ਮੌਜੂਦਾ ਸਰਪੰਚ ਕਸ਼ਮੀਰ ਸਿੰਘ ਦੇ ਵੱਡੇ ਪੁੱਤਰ ਹਰਿੰਦਰ ਸਿੰਘ ਨੂੰ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਸੀ, ਜਿਸ ਕਰਕੇ ਸਾਬਕਾ ਸਰਪੰਚ ਕਰਮਾ ਖਿਝਿਆ ਹੋਇਆ ਸੀ। ਫਿਰ ਕੀ ਸੀ, ਪੁਰਾਣੀ ਸਿਆਸੀ ਰੰਜਿਸ਼ ਅਤੇ ਪ੍ਰਧਾਨ ਚੁਣੇ ਜਾਣ ਕਾਰਨ ਉਸਨੇ ਜੋ ਖਤਰਨਾਕ ਕੰਮ ਨੂੰ ਅੰਜਾਮ ਦੇ ਦਿੱਤਾ, ਉਸ ਕਰਕੇ ਹੁਣ ਇਹ ਫਰਾਰ ਹੈ। ਹਰਜੀਤ ਕੌਰ ਹੈ ਜੀ ਇੱਕ ਘਟਨਾ ਵਾਪਰੀ ਹੈਗੀ ਇਹ ਜਿਹੜਾ ਗੋਲੀਆਂ ਚ ਕਾਟਣਾ ਜੀ ਦੁਨੇ ਕਾਕੇ ਬਾਹਰ ਖੜੇ ਤੇ ਦੁਨੇ ਕਾਕੇ ਬਾਹਰ ਖੜੇ ਉਹਨੇ ਜਿਹੜਾ ਸਾਹੋਗਾ ਸਰਪੰਚ ਹੈ ਕਰਮਾ ਉਹਨੇ ਆ ਕੇ ਗੋਲੀ ਚਲਾ ਦਿੱਤੀ ਸਿੱਧੀ ਦੀ ਸਿੱਧੀ ਕੋਈ ਕਿਸੇ ਦੀ
ਵੀ ਕਹਿ ਕੇ ਗਏ ਮਾਰ ਗਿਆ ਮੈਂ ਤੁਹਾਡੇ ਯਾਰਾਂ ਨੂੰ, ਕੈਮਰਾ ਬੰਦ ਕਰ ਦਿਆਂਗੇ। ਫਿਰ ਉਹ ਦੁਕਾਨ 'ਤੇ ਕੈਮਰੇ ਲੱਗੇ ਹੋਏ ਨੇ, ਉੱਥੇ ਫਾਈਲ ਕੱਢ ਕੇ ਕੈਮਰੇ ਬੰਦ ਕਰਾ ਕੇ ਉਹਨਾਂ ਦੇ, ਫਿਰ ਉੱਥੇ ਗਾਲਾਂ ਦੇ ਕੇ ਗਿਆ ਬਹੁਤ। 3 ਫਾਈਲ ਉੱਥੇ ਕੱਢੇ ਨੇ ਜਾ ਕੇ। ਹਾਂਜੀ, ਦੋਨੇ ਪੁੱਤਰ ਅਤੇ ਮੇਰੇ ਦੋਨਾਂ ਦੇ ਕਿੰਨੀਆਂ ਗੋਲੀਆਂ ਵੱਜੀਆਂ ਨੇ ਜੀ? ਗੋਲੀਆਂ ਦੀ ਜੋ ਕੋਈ ਮੈਨੂੰ ਗਿਣਤੀ ਨਹੀਂ ਮੈਂ ਕਹਿ ਸਕਦੀ ਹਾਂ ਮੈਂ ਤੈਨੂੰ। ਹਾਂ ਹਾਂ, ਗੋਲੀਆਂ ਜੀ ਹੁਣ ਗੋਲੀਆਂ ਦੀ ਬੱਖੀ ਵਿੱਚ ਨਹੀਂ ਵੱਜ ਕੇ, ਬੱਖੀ ਵਿੱਚ, ਹੱਥ 'ਚ, ਮੂੰਹ 'ਤੇ ਵੱਡੇ ਦੇ। ਹਾਲਾਤ ਕਿਵੇਂ ਨੇ ਉਹਨਾਂ ਦੇ ਹੁਣ? ਉਹਨਾਂ ਦੇ ਹਾਲਤ ਤਾਂ ਹੈ ਨਹੀਂ, ਠੀਕ ਨਹੀਂ ਹੈਗੇ ਹਾਲਤ ਜੀ, ਠੀਕ ਨਹੀਂ ਹਾਲਤ ਹੈ, ਠੀਕ ਨਹੀਂ ਹਾਲਤ ਹੈ। ਸਾਨੂੰ ਹਜੇ ਐਵੇਂ ਨਹੀਂ ਪਤਾ ਲੱਗ ਰਿਹਾ ਵੀ ਕਿੰਨੀ ਕੁ ਉਹਦੀ ਹਾਲਤ ਖਰਾਬ ਹੈ, ਵੀ ਕਿਹੜੇ ਹਸਪਤਾਲ 'ਚ। ਹਾਂ, ਇਨਸਾਫ ਦਿਵਾਉਣਾ ਚਾਹੀਦਾ ਸਾਨੂੰ ਜੀ। ਹਾਂ ਹਾਂਜੀ, ਪਿੱਛੋਂ ਐਂ ਕਾਰਨ ਬਸ ਉਹਦਾ ਐਂ ਬਣੀ ਹੋਈ ਤੇ ਰੂਟੀਨ ਸਾਰੇ ਪਿੰਡ 'ਤੇ ਐਂ ਕਰ ਲਿਓ ਅੱਤਿਆਚਾਰ। ਅਤੇ ਉਦੋਂ ਬਾਅਦ ਉਹ ਜਿਵੇਂ ਡੇਲੀ ਰੂਟੀਨ 'ਚ ਜੀ ਇੱਥੇ ਖੜ੍ਹੇ ਸੀ ਆਪਣੀ ਦੁਕਾਨ 'ਤੇ ਜਿਵੇਂ ਖੜ੍ਹਦੇ ਹੁੰਦੇ ਜੀ ਟਾਈਮ, ਅਤੇ ਉਦੋਂ ਬਾਅਦ ਬਸ ਐਂ ਸੀ ਵੀ ਉਹ ਚੱਲ ਕਿਸੇ ਦੇ ਘਰ ਆਇਆ। ਬਸ ਉਹਨੇ ਕੀ ਕਰਿਆ ਜੀ, ਆਉਣ ਸਾਰ ਅੰਨੇ ਵਾਹ ਗੋਲੀਆਂ ਚਲਾਤੀਆਂ ਦੋਨੇ ਭਰਾਵਾਂ ਦੇ। ਅਤੇ ਉਹ ਆਪਦੀ ਜਾਨ ਬਚਾਉਣ ਵਾਸਤੇ ਛੋਟਾ ਇੱਧਰ ਗਲੀ 'ਚ ਭੱਜਿਆ, ਉਹ ਮਗਰ ਫੇਰ ਭੱਜਿਆ, ਦਲੇਰ ਰਿਹਾ ਉਹ, ਹਿੰਮਤ ਨਹੀਂ ਹਾਰੀ ਉਹਨੇ। ਅਤੇ ਉਹ ਫਟਾਫਟ ਆਪਣੇ ਇੱਥੇ ਚਾਚੀ ਜੀ ਨੇ ਉਹਨਾਂ ਦੇ ਘਰ ਜਾ ਕੇ ਫਟਾਫਟ ਉਹਨੇ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਮਗਰ ਫਿਰ ਵੀ ਆਇਆ, ਉਹ ਕੋਸ਼ਿਸ਼ ਕਰੀ ਉਹਨੇ ਵੀ ਮੈਂ ਮਗਰ ਜਾਵਾਂ 19 ਮਿੰਟ ਅਤੇ ਉਹ ਕਰਾਂ, ਇਹਨੂੰ ਉਹ ਕਰਾਂ ਵੀ ਆਪਦਾ ਕੰਮ ਕਰਕੇ ਜਾਵਾਂ ਪੂਰਾ। ਉਦੋਂ ਬਾਅਦ ਜੀ ਜਦੋਂ ਵੱਡੇ ਆਏ, ਵੱਡੇ ਆਪਦੀ ਜਾਨ ਬਚਾਉਣ ਵਾਸਤੇ ਕਹਿੰਦੇ ਛੋਟਿਆਂ ਨੂੰ ਬਚਾ ਲਓ ਤੁਸੀਂ, ਜਦੋਂ ਉਹਨੂੰ ਛੋਟੇ ਨੂੰ ਕੋਈ ਹੋਰ ਲੈਣ ਆਏ ਵੀ ਅਸੀਂ ਲੈ ਜਾਈਏ ਹੋਸਪਿਟਲ, ਕਹਿੰਦੇ ਤੈਨੂੰ ਮਾਰ ਦੂੰਗਾ ਜੀ ਉਹਨੂੰ ਲੈ ਕੇ ਗਿਓ। ਉਹਨੂੰ ਵੀ ਜਾਣੀ ਘੂਰੇ, ਸਾਡੇ 2 ਗੇਟ ਨੇ ਜੀ, ਉਹ ਦੂਜੇ ਗੇਟ ਉਹਨੂੰ ਚੋਰੀਓ ਲੈ ਕੇ ਗਿਆ ਉਹਨਾਂ ਨੇ ਜੀ। 3 ਤਾਂ ਛੋਟੇ ਦੇ ਕਰੇ ਅਤੇ 1 ਵੱਡੇ ਦੇ ਕਰੇ ਜੀ। ਹਾਂਜੀ, ਕੀ ਮੰਗ ਕਰਦੇ ਹੋ? ਪੂਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਹ ਸਾਬਕਾ ਸਰਪੰਚ ਨੇ ਜਿਹਨੇ ਚਲਾਈ? ਹਾਂਜੀ, ਇਹ ਸਾਬਕਾ ਸਰਪੰਚ ਹੈ ਜੀ। ਇਹ ਤੁਹਾਡੇ ਜਿਹੜੇ ਹੁਣ ਪਰਿਵਾਰ ਦੇ ਵਿੱਚ ਸਰਪੰਚੀ ਤੁਹਾਡੇ ਕੋਲ? ਮੇਰੇ ਫਾਦਰ-ਇਨ-ਲਾਅ ਜੀ। ਹਾਂਜੀ ਹਾਂਜੀ, ਉਹ ਨੇ। ਇਹ ਵਾਪਰੀ ਜੀ ਇਸ ਰੋਡ 'ਤੇ ਜੀ, ਆਪਣੇ ਵੋਟਾਂ ਦਾ ਮਸਲਾ ਸੀਗਾ ਜੀ। ਵੋਟਾਂ ਦਾ ਮਸਲੇ ਦੇ ਹੱਲ ਦੇ ਵਿੱਚ ਸਾਰਾ ਜਦੋਂ ਕੁਛ ਚਾਂਸ ਦਾ, ਇਹਨਾਂ ਨੇ ਕਿਹਾ ਵੀ ਆਪਣਾ ਮਸਲਾ ਜਿਹੜਾ ਵੀ ਵੋਟਾਂ ਦਾ ਜਿਹੜਾ ਜੀ ਵੀ ਆਪਾਂ ਸਹਿਮਤੀ ਨਾਲ ਜਾਂ ਤਾਂ ਵੋਟ ਪਾਓ, ਆਪਦੀ ਵੋਟ ਪਾ ਕੇ ਆਪਾਂ ਸਹਿਮਤੀ ਨਾਲ ਕਰੋ, ਚ ਕੁਛ ਮਰਜ਼ੀ ਕਰੋ, ਠੀਕ ਹੈ ਨਾ ਜੀ। ਜਦੋਂ ਇਹਨਾਂ ਨੇ ਜਦੋਂ ਇਹ ਕਹਿਣ ਲੱਗੇ ਵੀ ਕਹਿੰਦੇ ਸਹਿਮਤੀ ਆਪਣੀ, ਇਹਨਾਂ ਨੇ ਸਹਿਮਤੀ ਨਾਲ ਕਰਤਾ ਜੀ, ਸਹਿਮਤੀ ਨਾਲ ਕਰਿਆ ਹੋਇਆ। ਇਹਨਾਂ ਨੇ ਹਾਰ ਵੀ ਪਾਤੇ, ਸਾਰਾ ਕੁਛ ਕਰਤਾ ਜੀ। ਉਰੋਂ ਬੈਠੇ ਹੋਏ, ਜਦੋਂ ਉਰੇ ਬੈਠੇ ਤਾਂ ਸਾਰੀ ਸੰਗਤ ਬੈਠੀ ਅਤੇ ਉਰੇ ਆਪਣੀ ਦੁਕਾਨ ਦੇ ਮੂਹਰੇ ਆ ਕੇ ਨਾਲ ਦੀ ਨਾਲੇ ਉਹਨਾਂ ਨੂੰ ਐਂ ਸੀਗਾ ਵੀ ਕਿਤੇ ਆਪਣੇ ਲਵੇ ਗਵਾਂਢੀਆਂ ਦੇ ਆਇਆ ਹੋਣਾ ਵੀ ਗੱਲਬਾਤ ਕਰ ਰਿਹਾ ਕੋਈ। ਆਉਣ ਸਾਰ ਬਸ ਨਾਲ ਦੀ ਨਾਲ ਗੋਲੀਆਂ ਚੱਲੀਆਂ ਨੇ। ਇਹ ਆਪਣੇ ਸਰਪੰਚ ਸਿੰਘ ਪੁਰਾਣੇ ਨੇ, ਇਹ ਆਪਣੇ ਕਸ਼ਮੀਰ ਦੇ ਜਗਤਾਰ ਸਿੰਘ ਦੇ, ਭੁਪਿੰਦਰ ਸਿੰਘ ਦੇ, ਦੋਵਾਂ ਦੇ ਦੋਵੇਂ ਪੁੱਤਰ ਸੀ। ਮੰਗ ਇਹੀ ਹੈ ਜੀ ਵੀ ਇਹਨਾਂ ਨੂੰ ਇਨਸਾਫ ਚਾਹੀਦਾ ਜੀ। ਇਹ ਆਪਣੀਆਂ ਕਮੇਟੀ ਦੀਆਂ ਆਈਡੀਆਂ ਜੀ, ਸਟੇਡੀ ਦੀਆਂ ਤੀਆਂ ਜੀ। ਇਹ ਪ੍ਰਧਾਨ ਆਪਣੇ ਭੁਪਿੰਦਰ ਸਿੰਘ ਨੂੰ ਬਣਵਾਇਆ ਸੀ ਜੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਕਰਮਜੀਤ ਸਿੰਘ ਕਰਮਾ ਤੇ IPC ਦੀ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਦੋਸ਼ੀ ਫਿਲਹਾਲ ਫਰਾਰ ਹੈ। ਲਾਡ ਬੰਜਾਰੇ ਇੱਕ ਵਿਅਕਤੀ ਜਿਹੜਾ ਕਰਮਾ ਸਿੰਘ ਹੈ, ਸਾਬਕਾ ਸਰਪੰਚ, ਉਹਨੇ 2 ਬੰਦਿਆਂ 'ਤੇ ਜਿਹੜੀ ਹੈ ਫਾਇਰਿੰਗ ਕੀਤੀ ਸੀ, ਜਿਹਦੇ 'ਚੋਂ ਜਗਤਾਰ ਸਿੰਘ ਦੇ 3 ਗੋਲੀਆਂ ਲੱਗੀਆਂ ਸੀ ਅਤੇ ਉਹਦੇ ਭਰਾ ਦੇ ਵੀ ਗੋਲੀ ਲੱਗੀ ਸੀ, ਹਰਵਿੰਦਰ ਸਿੰਘ ਦੇ।
ਅਤੇ ਉਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਕਿਉਂਕਿ ਇਹਨਾਂ ਦੀ ਕੋਈ ਆਪਸੀ ਪੋਲੀਟੀਕਲ ਕੋਈ ਪੁਰਾਣੀ ਥੋੜ੍ਹੀ ਮੋਟੀ ਰੰਜਿਸ਼ ਸੀ ਉਹਦੇ ਕਰਕੇ ਉਹਨੇ ਫਾਇਰਿੰਗ ਕੀਤੀ ਆ। ਜਿਹੜਾ ਸਾਬਕਾ ਸਰਪੰਚ ਹੈ ਉਹ ਅਕਾਲੀ ਪਾਰਟੀ ਨਾਲ ਸੰਬੰਧ ਰੱਖਦਾ ਅਤੇ ਜਿਹੜੇ ਇਹ ਦੂਸਰੇ ਪਾਰਟੀ ਉਹ ਮੌਜੂਦਾ ਸਰਪੰਚ ਨੇ। ਇਹਦਾ ਅਸੀਂ ਜਿਹੜਾ ਐੱਫ ਆਈ ਆਰ ਦਰਜ ਰਜਿਸਟਰ ਕਰ ਲਈ ਸੀਗੀ ਅੰਡਰ ਸੈਕਸ਼ਨ 307 IPC 'ਚ ਅਤੇ ਦੋਸ਼ੀਆਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ, ਜਲਦੀ ਤੋਂ ਜਲਦੀ ਅਸੀਂ ਉਹਨੂੰ ਗ੍ਰਿਫਤਾਰ ਕਰ ਲਵਾਂਗੇ। ਖੈਰ, ਚੰਗੀ ਗੱਲ ਇਹ ਹੈ ਕਿ ਜ਼ਖਮੀਆਂ ਦੀ ਸਿਹਤ 'ਚ ਸੁਧਾਰ ਦੱਸਿਆ ਜਾ ਰਿਹਾ। ਹੁਣ ਦੇਖਣਾ ਇਹ ਹੈ ਕਿ ਪੁਲਿਸ ਦੋਸ਼ੀ ਸਾਬਕਾ ਸਰਪੰਚ ਨੂੰ ਕਿੰਨੀ ਛੇਤੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।